ਫਾਦਰ ਨਾਲ ਗੱਲ ਕਰਾਂਗੇ ਕਿ ਸਭ ਤੋਂ ਪਹਿਲਾਂ ਉਹਨਾਂ ਦਾ ਕੀ ਰਿਐਕਸ਼ਨ ਸੀ? ਸਰ ਤੁਹਾਡੇ ਬੇਟੇ ਦੀ ਐਡੀ ਵੱਡੀ ਅਚੀਵਮੈਂਟ ਇੱਕ ਹਾਸਿਲ ਕੀਤੀ ਹੈ, ਨੈਸ਼ਨਲ ਵੀ ਖੇਡਿਆ, ਉਹਦੇ 'ਚ ਵੀ ਮੈਡਲ ਲੈ ਕੇ ਆਇਆ ਔਰ ਸਟੇਟ ਲੈਵਲ 'ਚ ਵੀ ਹੁਣ ਅੱਜ ਗੋਲਡ ਮੈਡਲ ਲੈ ਕੇ ਦੋ ਲੈ ਕੇ ਆਇਆ, ਕਿਸ ਤਰ੍ਹਾਂ ਰਿਐਕਸ਼ਨ ਸੀ ਪਹਿਲਾਂ? ਰਿਐਕਸ਼ਨ ਸਰ ਇਸ ਤਰ੍ਹਾਂ ਕਿ ਇੰਨੀ ਖੁਸ਼ੀ ਸੀ ਕਿ ਜਿਹੜੀ ਬਿਆਨ ਨਹੀਂ ਕੀਤੀ ਜਾ ਸਕਦੀ। ਬਹੁਤ ਜ਼ਿਆਦਾ ਖੁਸ਼ੀ ਸੀ ਕਿ ਸਾਨੂੰ ਇੰਨਾ ਕੁ ਇਹਦਾ ਲੱਗਾ ਜਦੋਂ ਪਹਿਲੀ ਵਾਰੀ ਇਹ ਜਿੱਤ ਗਿਆ ਹੁਸ਼ਿਆਰਪੁਰ ਤੋਂ, ਅਤੇ ਅਸੀਂ ਇਹਨੂੰ ਇੱਕ ਹੀ ਗੱਲ ਕਹੀ ਬੇਟੇ ਨੂੰ ਕਿ ਬੇਟਾ ਤੂੰ ਇਸੇ ਲਾਈਨ 'ਚ ਵੜ ਜਾ। ਇੰਨੇ ਵਿਚਾਰੇ ਇੰਨੀ ਮਿਹਨਤ ਕੀਤੀ ਹੈ ਕਿ ਅੱਜ ਇਹਦਾ ਮੁਕਾਮ ਅੱਗੇ ਤੋਂ ਅੱਗੇ ਵੱਧ ਰਿਹਾ ਦਿਨੋਂ ਦਿਨ। ਅਤੇ ਮੈਂ ਹੁਣ ਸਰਕਾਰ ਨੂੰ ਵੀ ਇਹ ਗੁਜ਼ਾਰਿਸ਼ ਕਰਨਾ ਚਾਹੁੰਦਾ ਭਾਅ ਜੀ ਕਿ ਇਸ ਬੱਚੇ ਬਾਰੇ ਸੋਚਿਆ ਜਾਏ ਤਾਂ ਕਿ ਬੱਚਾ ਅੱਗੇ ਵਧੇ, ਆਪਣੇ ਪੰਜਾਬ ਦਾ ਨਾਂ ਰੋਸ਼ਨ ਕਰੇ ਅਤੇ ਆਪਣੇ ਦੇਸ਼ ਦਾ ਵੀ ਨਾਂ ਰੋਸ਼ਨ ਕਰੇ। ਸਰ ਤੁਹਾਡੇ ਆਪਾਂ ਦੇਖਿਆ ਤੁਸੀਂ ਇਮੋਸ਼ਨਲ ਹੋ ਗਏ ਸੀਗੇ, ਕੀ ਕਾਰਨ ਸੀਗਾ ਇੰਨੇ ਇਮੋਸ਼ਨਲ ਕਾਹਨੂੰ ਹੋ ਗਏ ਸੀ ਤੁਸੀਂ? ਹਰ ਮਾਂ ਪਿਓ ਦੀ ਖੁਸ਼ੀ ਹੁੰਦੀ ਜੀ, ਔਲਾਦ ਤੋਂ ਜ਼ਿਆਦਾ ਨਹੀਂ ਹੋ ਸਕਦੀ ਸਰ। ਦੱਸਦੇ ਸੀ ਬੜੀ ਮਿਹਨਤ ਨਾਲ ਤੁਸੀਂ ਆਪਣੇ ਪਰਿਵਾਰ ਪਾਲਿਆ ਔਰ ਅੱਜ ਆਪਣੇ ਬੇਟੇ ਨੂੰ ਇਸ ਤਰ੍ਹਾਂ ਮੁਕਾਮ 'ਤੇ ਦੇਖਦੇ ਹੋ? ਸਰ ਮੈਂ ਬਹੁਤ ਹੀ ਛੋਟੀ ਜਿਹੀ ਇੱਕ ਦੁਕਾਨ ਚਲਾਈ ਸੀ ਜਿਹਦੇ ਨਾਲ ਕਿ 100 ਰੁਪਏ ਦਾ ਵੀ ਗੁਜ਼ਾਰਾ ਨਹੀਂ ਹੁੰਦਾ। ਇੰਨੀ ਮਿਹਨਤ ਕੀ ਅੱਗੇ ਕੀ ਸੁਪਨੇ ਦੇਖੇ ਬੇਟੇ ਲਈ ਕਿ ਬੇਟਾ ਓਲੰਪਿਕ 'ਚ ਜਾਏਗਾ? ਅੱਗੇ ਹੀ ਸੁਪਨੇ ਕਿ ਮੈਂ ਤਾਂ ਭਗਵਾਨ ਤੋਂ ਹੀ ਅਰਦਾਸ ਕਰਦਾ ਵਾਹਿਗੁਰੂ ਕੋਲੋਂ ਕਿ ਮਹਾਰਾਜ ਕਿ ਇਹ ਬੱਚਾ ਕਿਤੇ ਇੰਨੀ ਮਿਹਨਤ ਕਰੇ ਕਿ ਓਲੰਪਿਕ ਖੇਡ ਗਿਆ ਹੈ। ਉਹ 2028 ਦਾ ਮੇਰਾ ਹੈ ਕਿ ਇਹ ਬੱਚਾ ਮੇਰਾ ਆਏਗਾ ਜ਼ਰੂਰ। ਇੰਨੀ ਮੈਨੂੰ ਇੱਥੇ ਮਾਣ ਹੈ ਜੀ। ਬਿਲਕੁਲ ਉਹਦੇ ਤੁਸੀਂ ਦੱਸੋ ਕਿ ਇਹ ਕੰਪਟੀਸ਼ਨ ਕਿੱਥੇ ਹੋਇਆ ਸੀ, ਕਿਸ ਤਰ੍ਹਾਂ ਪਾਰਟੀਸਪੇਟ ਕੀਤਾ ਔਰ ਕਿੰਨੀਆਂ ਕਿੰਨੀਆਂ ਮੁਸ਼ਕਿਲਾਂ ਤੋਂ ਤੁਸੀਂ ਅੱਜ ਇਸ ਜਗ੍ਹਾ ਪਹੁੰਚੇ? ਇਹ ਕੰਪੀਟੀਸ਼ਨ 10 ਤੋਂ 14 ਅਗਸਤ ਵਿੱਚ ਹੋਇਆ ਸੀ ਮੋਹਾਲੀ ਵਿੱਚ। 50 ਮੀਟਰ ਰਾਈਫਲ ਈਵੈਂਟ ਵਿੱਚ ਸਾਡੇ ਗੋਲਡ 2 ਮੈਡਲ ਆਇਆ ਟੀਮ ਵਿੱਚ। ਮੇਰੇ ਨਾਲ ਮੇਰੇ ਟੀਮਮੇਟ ਸੀ ਹਰਕੀਰਤ ਸਿੰਘ, ਮੇਰੇ ਕੋਚ ਵੀ ਨਾਲ ਸੀ ਮੇਰੇ ਮਨਦੀਪ ਸਿੰਘ, ਮੇਰੇ ਕੋਚ ਮੇਰੇ ਗੁਰਪ੍ਰੀਤ ਸਿੰਘ ਮੇਰੇ ਕੋਚ ਸੀ, ਅਤੇ ਸਾਡੇ ਤਿੰਨਾਂ ਵਿੱਚ ਸਕੋਰ ਮਿਲਾ ਕੇ ਸਾਡੇ ਪੂਰੇ ਆਲ ਓਵਰ ਪੰਜਾਬ ਵਿੱਚ ਅਸੀਂ ਪਹਿਲੇ ਨੰਬਰ 'ਤੇ ਆਏ ਹਾਂ। ਅਤੇ ਇਹਦੇ ਵਿੱਚ ਬਹੁਤ ਮਤਲਬ ਮਿਹਨਤ ਲੱਗਦੀ ਹੈ ਕਿਉਂਕਿ ਇੱਕ 7 ਕਿਲੋ ਦੀ 7 ਤੋਂ 7.5 ਕਿਲੋ ਦੀ ਇੱਕ ਰਾਈਫਲ ਦਾ ਵੇਟ ਹੁੰਦਾ ਹੈ, ਅਤੇ ਉਹਨੂੰ ਕੰਟੀਨਿਊਸਲੀ ਇੱਕ ਮਤਲਬ ਪੋਜੀਸ਼ਨ ਵਿੱਚ ਲੈ ਕੇ ਉਹ ਸ਼ੋਟ ਕਰਨੇ ਆ, ਅਤੇ ਉਹ ਵੀ ਮਤਲਬ ਕਾਫੀ ਓਪਨ ਵਿੱਚ ਮਤਲਬ ਕਾਫੀ ਗਰਮੀ ਦਾ ਵੀ ਟਾਈਮ ਸੀ, ਮਤਲਬ ਨਹੀਂ ਕਾਫੀ ਮੁਸ਼ਕਿਲਾਂ ਹੁੰਦੀਆਂ ਸ਼ੋਟ ਕਰਦੇ। ਮੈਂ ਇੱਕ ਇੱਕ ਸ਼ੋਟ ਕੰਸਿਸਟੈਂਸੀ ਵਿੱਚ ਇਨਰ 10 ਮਤਲਬ 10-9 ਇੱਦਾਂ, ਮਤਲਬ ਜੇ ਇਸ ਤੋਂ ਘੱਟ ਲੱਗੇ ਫਿਰ ਸਕੋਰ ਵੀ ਡਾਊਨ, ਮਤਲਬ ਇਸ ਤੋਂ 10 ਤੋਂ ਜ਼ਿਆਦਾ ਡਾਊਨ ਨਹੀਂ ਆਉਣਾ ਚਾਹੀਦਾ। ਅਤੇ ਮਤਲਬ ਇਹ ਕਾਫੀ ਮੁਸ਼ਕਿਲ ਵਿੱਚ ਮਤਲਬ ਹੁੰਦੀ ਹੈ ਗੇਮ, ਇਹ ਕਾਫੀ ਟਫ ਗੇਮ ਹੈ। ਮਤਲਬ ਉਹਦੇ ਨੈਸ਼ਨਲ ਵਿੱਚ ਵੀ ਤੁਸੀਂ ਗਏ ਹੋ, ਹੋਰ ਵੀ ਕੰਪਟੀਸ਼ਨ ਲੜੇ, ਕਿੱਥੇ ਕਿੱਥੇ ਹੋਰ ਤੁਸੀਂ ਕੰਪਟੀਸ਼ਨ ਲੜੇ ਔਰ ਮੈਡਲ ਲਏ? ਕੰਪਟੀਸ਼ਨ ਮੇਰੇ ਇਸ ਤੋਂ ਸਭ ਤੋਂ ਪਹਿਲੇ ਮੈਂ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਸ਼ੁਰੂ ਕੀਤੇ ਸੀ, ਉਸ ਤੋਂ ਬਾਅਦ ਫਿਰ ਮੈਂ ਸਟੇਟ ਵੀ ਮੋਹਾਲੀ ਵਿੱਚ ਹੋਇਆ। 10 ਮੀਟਰ ਮੈਂ ਸਟਾਰਟਿੰਗ ਕੀਤੀ ਉਸ ਤੋਂ ਪਹਿਲੇ, ਫਿਰ ਉਸ ਤੋਂ ਬਾਅਦ ਫਿਰ ਮੇਰਾ ਹੋਇਆ ਪ੍ਰੀ ਨੈਸ਼ਨਲ ਹੋਇਆ ਸੀ ਅਸਨਸੋਲ ਵੈਸਟ ਬੰਗਾਲ ਵਿੱਚ, ਅਤੇ ਉਹਦੇ ਵਿੱਚ ਵੀ ਮੇਰਾ ਬਹੁਤ ਵਧੀਆ ਕੰਪੀਟੀਸ਼ਨ ਹੋਇਆ, ਬਹੁਤ ਵਧੀਆ ਖੇਡਿਆ। ਉਸ ਤੋਂ ਬਾਅਦ ਮੇਰਾ ਨੈਸ਼ਨਲ ਕੰਪੀਟੀਸ਼ਨ 10 ਮੀਟਰ ਵਿੱਚ ਕੇਰਲਾ ਹੋਇਆ, ਤ੍ਰਿਵੇਂਦਰਮ ਵਿੱਚ ਹੋਇਆ। ਉਸ ਤੋਂ ਬਾਅਦ ਮੇਰੇ ਟ੍ਰਾਇਲਸ ਵਗੈਰਾ ਚੱਲੇ ਹੋਏ ਉੱਥੇ, ਫਿਰ ਅਗਲੇ ਉੱਤੋਂ ਨੈਕਸਟ ਈਅਰ ਫਿਰ ਕੇਰਲਾ ਵਿੱਚ ਹੀ ਹੋਇਆ, ਪਰ ਉਹ ਕੁਛ ਗਲਤੀ ਕਰਕੇ ਮੈਂ ਰਹਿ ਗਿਆ ਉਹਦੇ ਵਿੱਚ, ਅਤੇ ਅਗਲੇ ਸਾਲ ਹੋਰ ਥੋੜ੍ਹੀ ਮਿਹਨਤ ਕਰਕੇ ਅਤੇ ਵਧੀਆ ਕਰਾਂਗਾ ਉਹਦੇ ਵਿੱਚ। ਉਹਦੇ ਜਦੋਂ ਤੁਹਾਡੇ ਫਾਦਰ ਵੱਲ ਦੇਖਦੇ ਹੋ ਤੁਸੀਂ ਕਿ ਇਮੋਸ਼ਨਲ ਹੋ ਜਾਂਦੇ ਬੜੇ, ਕਿਉਂਕਿ ਇੱਕ ਫਾਦਰ ਦਾ ਮਦਰ ਦਾ, ਕਿਉਂਕਿ ਔਲਾਦ ਹੀ ਸਭ ਕੁਛ ਮੰਨਦੇ ਉਸਨੂੰ, ਅਤੇ ਜਦੋਂ ਤੁਹਾਨੂੰ ਇਸ ਮੁਕਾਮ 'ਤੇ ਦੇਖਦੇ ਤੁਸੀਂ ਕਿਸ ਤਰ੍ਹਾਂ ਦਾ ਫੀਲ ਕਰਦੇ ਹੋ? ਓਬਵੀਅਸਲੀ ਮੈਂ ਤਾਂ ਬਹੁਤ ਵਧੀਆ ਫੀਲ ਕਰਾਂ, ਇੰਨਾ ਪ੍ਰਾਊਡ, ਮਤਲਬ ਕਿ ਮੇਰੇ ਕਰਕੇ ਮੇਰੇ ਘਰ ਦੇ ਬਹੁਤ ਖੁਸ਼ ਨੇ, ਕਿਉਂਕਿ ਅੱਜ ਕੱਲ੍ਹ ਜੋ ਮਾਹੌਲ ਹੈ, ਜੋ ਨਸ਼ਿਆਂ ਦਾ ਮਾਹੌਲ ਹੈ, ਕਾਫੀ ਮਤਲਬ ਵਿਗੜ ਰਿਹਾ ਪੰਜਾਬ ਵਿੱਚ। ਮੈਂ ਸਾਰਿਆਂ ਨੂੰ ਚਾਹਾਂਗਾ ਕਿ ਆਪਣੇ ਵਧੀਆ ਕਰਨ, ਕਿ ਕੋਈ ਮਤਲਬ ਵਧੀਆ ਪੋਜ਼ੀਟਿਵ ਬੱਚ ਜਾਣ, ਮਤਲਬ ਕੋਈ ਨਸ਼ਿਆਂ ਵੱਲ ਕੋਈ ਮਤਲਬ ਇੱਦਾਂ ਦਾ ਕੰਮ ਨਾ ਕਰਨ ਜਿਨ੍ਹਾਂ ਦੇ ਕਰਕੇ ਘਰਦਿਆਂ ਦਾ ਕੋਈ ਨਾਮ ਡੁੱਬੇ ਕਿਸੇ ਕਰ। ਮੈਂ ਸਾਰਿਆਂ ਵਾਸਤੇ ਇਹੀ ਚਾਹਾਂਗਾ ਕਿ ਆਪਣੇ ਘਰਦਿਆਂ ਦਾ ਨਾਮ ਰੋਸ਼ਨ ਕਰਨ, ਵਧੀਆ ਤੋਂ ਵਧੀਆ ਫੀਲਡ ਵਿੱਚ ਅੱਗੇ ਆਉਣ ਸਾਰੇ। ਉਹਦੇ ਫਿਊਚਰ ਦੇ ਕੀ ਪਲਾਨ ਹੈ, ਕਿ ਕਿੱਥੇ ਕਿੱਥੇ ਹੋਰ ਕੰਪਟੀਸ਼ਨ ਲੜਨੇ ਆ, ਕਿ ਓਲੰਪਿਕ ਦੀਆਂ ਕੀ ਤਿਆਰੀਆਂ ਕਰੋਗੇ?
ਓਲੰਪਿਕ ਦੀ ਸਰ ਮੇਰੀ ਤਿਆਰੀਆਂ ਸ਼ੁਰੂ 2028 ਵਿੱਚ ਲੋਸ ਏਂਜਲਿਸ ਵਿੱਚ ਹੋਣਾ। ਉਸ ਤੋਂ ਮੇਰੇ ਹੁਣ ਤੋਂ ਹੀ ਤਿਆਰੀਆਂ, ਮੈਂ ਆਪਣੀ ਸਾਰੀ ਮਤਲਬ ਸਵੇਰੇ ਉੱਠ ਕੇ ਮਤਲਬ ਆਪਣੀ ਜੋ ਵੀ ਡਾਇਟ ਵਗੈਰਾ ਸਾਰੀ ਮਤਲਬ ਐਕਸਰਸਾਈਜ਼ ਵਗੈਰਾ ਕਰਦਾ। ਫਿਰ ਉਸ ਤੋਂ ਬਾਅਦ ਮੈਂ ਜੋ ਵੀ ਆਪਣਾ ਘਰ ਦਾ ਜੋ ਵੀ ਕੰਮ, ਫਿਰ ਉੱਥੇ ਸ਼ੂਟਿੰਗ ਵਗੈਰਾ ਮੈਂ ਉੱਥੇ ਅਕੈਡਮੀ ਜਾ ਕੇ ਆਪਣੀ ਪ੍ਰੈਕਟਿਸ ਵਗੈਰਾ ਕਰਦਾ। ਇਸ ਤੋਂ ਬਾਅਦ ਹੁਣ ਸਾਡੇ ਨੈਸ਼ਨਲ ਕੰਪੀਟੀਸ਼ਨ ਹੋਣੇ ਆ ਹੁਣ, ਅਤੇ ਉਸ ਤੋਂ ਬਾਅਦ ਫਿਰ ਸਾਡੇ ਇੰਡੀਆ ਟੀਮ ਦੇ ਟ੍ਰਾਇਲਸ ਵਗੈਰਾ ਹੁੰਦੇ ਆ, ਉਹਦੇ ਵਿੱਚ ਫਿਰ ਟੋਪ ਬੱਚੇ ਸਿਲੈਕਟ ਹੋ ਕੇ ਫਿਰ ਅੱਗੇ ਵਰਲਡ ਚੈਂਪੀਅਨਸ਼ਿਪ ਵਗੈਰਾ ਹੁੰਦੀ ਹੈ। ਉਹਨੇ ਸਾਰੀਆਂ ਮੈਂ ਤਿਆਰੀਆਂ ਸ਼ੁਰੂ ਕਰਤੀਆਂ, ਮੈਂ ਬਹੁਤ ਵਧੀਆ ਅੱਗੇ ਤੋਂ ਅੱਗੇ ਕਰਾਂਗਾ ਮੈਂ ਹੁਣ ਜੀ। ਬਿਲਕੁਲ, ਸਾਡੇ ਨਾਲ ਉਹਦੇ ਦੇ ਮਦਰ ਵੀ ਮੌਜੂਦ ਨੇ, ਉਹਨਾਂ ਨੇ ਵੀ ਗੱਲਬਾਤ ਕਰ ਲੈਣੇ। ਨੀਤੂ ਜੀ, ਕਿਸ ਤਰ੍ਹਾਂ ਦਾ ਲੱਗਿਆ ਸੀ ਪਹਿਲਾਂ ਇੱਕ ਮਾਂ ਨੂੰ ਜਦੋਂ ਪਤਾ ਲੱਗਾ ਕਿ ਬੇਟੇ ਨੇ ਮੈਡਲ ਲੈ ਲਏ ਗੋਲਡ? ਬਹੁਤ ਖੁਸ਼ੀ ਹੈ ਕਿ ਇੱਕ ਬੱਚਾ ਇਹ ਕਹਿੰਦੇ ਕਿ ਬਹੁਤ ਅੱਗੇ ਤੋਂ ਅੱਗੇ ਜਾਵੇ। ਬਹੁਤ ਹੀ ਵਧੀਆ, ਮੈਂ ਕਿ ਬਹੁਤ ਜ਼ਿਆਦਾ ਵਧੀਆ, ਇਹ ਕਹਿਣੀ ਮਤਲਬ ਕਿ ਬਿਆਨ ਨਹੀਂ ਕਰ ਸਕਦੇ ਹੈਗੇ ਕਿ ਬੱਚਾ ਬਹੁਤ ਟੋਪ ਦਾ ਵਾ। ਕਿੰਨਾ ਕਿ ਬਚਪਨ ਤੋਂ ਮਿਹਨਤੀ ਸੀ, ਉਹ ਕਿੱਦਾਂ ਪੜ੍ਹਾਈ 'ਚ ਕਿਸ ਤਰ੍ਹਾਂ? ਪੜ੍ਹਾਈ ਤਾਂ ਵੀ ਚੰਗਾ ਸੀ, ਅਤੇ ਮੈਂ ਮਿਹਨਤ ਤਾਂ ਸ਼ੁਰੂ ਤੋਂ ਪਾਪਾ ਨੂੰ ਰੋਟੀ ਦੇਣ ਜਾਏਗਾ, ਉਹਨਾਂ ਨੂੰ ਖਵਾ ਕੇ ਫਿਰ ਆਪੇ ਆਉਂਦਾ ਹੁੰਦਾ ਸੀ ਦੁਕਾਨ 'ਤੇ ਕਿ ਮੈਂ ਉੱਥੇ ਕੋਈ ਗਾਹਕ ਤਾਂ ਆ ਜਾਏਗਾ ਅਤੇ ਮੈਨੂੰ ਗਾਹਕ ਪੱਗ ਧਾ ਕੇ ਅਤੇ ਫਿਰ ਮੈਂ ਆਵਾਂਗਾ। ਇੱਦਾਂ ਦੀ ਇਹਦੀ ਨੇਚਰ ਹੈਗੀ ਆ। ਅਤੇ ਜਦੋਂ ਰਾਤ ਨੂੰ ਕਹੋ ਕਿ ਅਤੇ ਮੇਰਾ ਇਹ ਕੰਮ ਕਰ ਦੇ ਕੁਛ, ਰਾਤ ਨੂੰ ਸੁੱਤੇ ਦਾ ਹੋਵੇਗਾ ਤਾਂ ਵੀ ਉੱਠ ਕੇ ਅਤੇ ਕੰਮ ਦੇਵੇਗਾ, ਕਰਕੇ ਮੈਂ ਕਰ ਹੀ ਦੇਣਾ ਵਾ। ਇੱਦਾਂ ਦੀ ਨੇਚਰ ਇਹਦੀ ਮੁੰਡੇ ਦੀ। ਅਸੀਂ ਕੋਈ ਲਾਸਟ ਵਾਰੀ ਫਿਰ ਉਦੇ ਦੇ ਪਿਤਾ ਜੀ ਨਾਲ ਗੱਲ ਕਰ ਲਏ। ਸਰ, ਕੀ ਤੁਸੀਂ ਮੈਸੇਜ ਹੋਰ ਬੱਚਿਆਂ ਨੂੰ ਦਊਂਗਾ? ਮੈਂ ਪੂਰੇ ਪੰਜਾਬ ਦੇ ਬੱਚਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਨਸ਼ੇ ਛੱਡੋ ਅਤੇ ਖੇਡਾਂ ਵੱਲ ਧਿਆਨ ਦਿਓ, ਅਤੇ ਆਪਣੇ ਮਾਂ ਪਿਓ ਦਾ ਨਾਮ ਰੋਸ਼ਨ ਇੰਨਾ ਕਰੋ ਕਿ ਮਾਂ ਪਿਓ ਵੀ ਖੁਸ਼ੀ ਨਾਲ ਮੇਰੇ ਵਾਂਗ ਰੋਣਾ ਸ਼ੁਰੂ ਕਰ ਦੇਣ। ਇਹੀ ਮੈਸੇਜ ਦੇਣਾ ਚਾਹੁੰਦਾ। ਬਾਕੀ ਸਰਕਾਰ ਨੂੰ ਗੁਜ਼ਾਰਿਸ਼ ਕਰਨਾ ਕਿ ਇਹਨਾਂ ਬੱਚਿਆਂ ਦੀ ਮਦਦ ਕਰਨ ਕਿ ਤਾਂ ਜੇ ਇੱਕ ਬੱਚੇ ਤੁਹਾਡਾ ਹੀ ਨਾਂ ਰੋਸ਼ਨ ਕਰਨ। ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਇਹ ਸਨ ਉਹਦੇ ਦੇ ਪਰਿਵਾਰ ਸਦੱਸਿਆ ਜਿਨ੍ਹਾਂ ਨੇ, ਖਾਸ ਕਰ ਆਪਾਂ ਪਿਤਾ ਜੀ ਦੀ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਭਾਵੁਕ ਹੋ ਗਏ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਬੇਟੇ ਦੀ ਮਿਹਨਤ ਜਿਹੜੀ ਉਹ ਕਿਤੇ ਨਾ ਕਿਤੇ ਰੰਗ ਲੈਂਦੀ ਦਿਖਾਈ ਦੇ ਰਹੀ ਹੈ। ਉੱਥੇ ਹੀ ਉਹਦੇ ਨੇ ਵੀ ਹੁਣ ਓਲੰਪਿਕ ਦੀ ਤਿਆਰੀ ਸ਼ੁਰੂ ਕਰ ਦਿੱਤੀ। ਉਸਦਾ ਕਹਿਣਾ ਕਿ ਮੈਂ ਆਉਣ ਵਾਲੇ ਸਮੇਂ ਵਿੱਚ ਓਲੰਪਿਕ ਵਿੱਚ ਜ਼ਰੂਰ ਹਿੱਸਾ ਲਵਾਂਗਾ ਔਰ ਭਾਰਤ ਦੇਸ਼ ਲਈ ਗੋਲਡ ਵੀ ਲੈ ਕੇ ਆਊਂਗਾ। ਉੱਥੇ ਹੀ ਉਹਦੇ ਦੇ ਪਿਤਾ ਜੀ ਨੇ ਵੀ ਇਹ ਗੱਲ ਜ਼ਰੂਰ ਇੱਕ ਮੈਸੇਜ ਨੌਜਵਾਨ ਪੀੜ੍ਹੀ ਨੂੰ ਦਿੱਤਾ ਹੈ ਕਿ ਨਸ਼ੇ ਤੋਂ ਦੂਰ ਰਹੋ, ਖੇਡਾਂ ਵੱਲ ਧਿਆਨ ਦਿਓ, ਕਿਉਂਕਿ ਜਿਸ ਤਰ੍ਹਾਂ ਉਹਨਾਂ ਦਾ ਬੇਟਾ ਅੱਜ ਹੌਲੀ ਹੌਲੀ ਇੱਕ ਮੁਕਾਮ ਹਾਸਿਲ ਕਰਦਾ ਜਾ ਰਿਹਾ ਹੈ, ਜੇ ਮਿਹਨਤ ਤੁਸੀਂ ਸਾਰੇ ਕਰੋਗੇ ਤਾਂ ਤੁਸੀਂ ਵੀ ਆਪਣਾ ਮੁਕਾਮ ਜ਼ਰੂਰ ਜਿਹੜਾ ਹਾਸਿਲ ਕਰ ਸਕੋਗੇ।